ਲੌਕਡਾਊਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੂਰੇ ਭਾਰਤ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਰਾਤ 9 ਵਜੇ ਸਾਰੀਆਂ ਬੱਤੀਆਂ ਬੰਦ ਕਰਕੇ ਮੋਮਬੱਤੀਆਂ, ਦੀਵੇ ਅਤੇ ਜੋਤਾਂ ਜਲਾਈਆਂ ਜਾਣ, ਜਿਸ ਦੇ ਚਲਦਿਆਂ ਜਲੰਧਰ ਦੇ ਦੁਕਾਨਦਾਰਾਂ ਕੋਲੋਂ ਹੁਣ ਲੋਕ ਮੋਮਬੱਤੀਆਂ, ਦੀਵੇ ਅਤੇ ਪੂਜਾ ਦਾ ਸਮਾਨ ਖਰੀਦ ਰਹੇ ਨੇ। ਪਰ ਕੀ ਮੋਮਬੱਤੀਆਂ, ਦੀਵੇ ਜਲਾਉਣ ਨਾਲ ਕੋਰੋਨਾ ਵਾਇਰਸ ਦੂਰ ਹੋਵੇਗਾ ਜਾਂ ਚੰਗੀਆਂ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਨਾਲ? ਸੇਲ ਹੋ ਰਹੀ ਹੈ, ਸਵੇਰ ਤੋਂ ਹੀ ਗਾਹਕ ਕੋਈ ਦੀਵੇ ਲੈਣ ਦਿਆ, ਕੋਈ ਜੋਤਾਂ ਲੈ ਰਿਹਾ, ਕੋਈ ਮੋਮਬੱਤੀ ਲੈ ਰਿਹਾ। ਮੈਂ ਸਾਨੂੰ ਤਾਂ ਇੱਦਾਂ ਹੀ ਲੱਗਦਾ ਪਿਆ ਅੱਜ ਦੀਵਾਲੀ ਆ ਸਾਡੀ। ਬਹੁਤ ਵਧੀਆ ਭਈਆ, ਸਵੇਰ ਤੋਂ ਹੀ ਕਸਟਮਰ ਅਤੇ ਕਸਟਮਰ ਚੜਿਆ ਹੋਇਆ, ਬਟ ਸਾਰੇ ਲਾਈਨ 'ਤੇ ਲੱਗੇ ਹੋਏ, ਸਾਰੇ ਡਿਸਪਲਿਨ 'ਤੇ ਹੈਗੇ ਆ, ਅਤੇ ਮਤਲਬ ਬਹੁਤ ਵਧੀਆ ਸੇਲ ਹੈਗੀ ਆ। ਅੱਜ ਸਾਨੂੰ ਇੱਦਾਂ ਲੱਗਦਾ ਪਿਆ ਕਿ ਦੀਵਾਲੀ ਹੈਗੀ ਆ, ਛੋਟੀ ਦੀਵਾਲੀ ਕਹਿ ਲਈ, ਵੱਡੀ ਦੀਵਾਲੀ ਕਹਿ ਲਈ, ਦੀਵਾਲੀ ਵਾਲੀ ਪੂਰੀ ਫੀਲਿੰਗ ਆ ਰਹੀ ਹੈ। ਬਹੁਤ ਜ਼ਿਆਦਾ ਸੇਲ ਹੋ ਰਹੀ ਹੈ, ਸਵੇਰ ਤੋਂ ਹੀ ਗਾਹਕ ਕੋਈ ਦੀਵੇ ਲੈਣ ਦਿਆ, ਕੋਈ ਜੋਤਾਂ ਲੈ ਰਿਹਾ, ਕੋਈ ਮੋਮਬੱਤੀ ਲੈ ਰਿਹਾ। ਮੈਂ ਸਾਨੂੰ ਤਾਂ ਇੱਦਾਂ ਹੀ ਲੱਗਦਾ ਪਿਆ ਅੱਜ ਦੀਵਾਲੀ ਆ ਸਾਡੀ। ਅੰਕਿਤ ਸ਼ਰਮਾ, ਬਾਲਾ ਜੀ ਪੂਜਾ ਭੰਡਾਰ। ਬਹੁਤ ਅੱਛੀ ਚੱਲ ਰਹੀ ਹੈ ਸਰ, ਕਲਰਫੁੱਲ ਮੋਮਬੱਤੀਆਂ ਵਿਕ ਰਹੀ ਹੈ, ਔਰ ਇਹ ਦੀਏ ਵਗੈਰਾ ਕਾਫੀ ਵਿਕ ਰਹੇ ਹੈ, ਔਰ ਫਲੈਗ ਕੇ ਕਲਰਸ ਕੇ ਜੋ ਵੋ ਹੋਤੇ ਹੈ ਨਾ, ਫਲੈਗ ਮੇ ਕਲਰ, ਵੋ ਵਾਲੀ ਮੋਮਬੱਤੀਆਂ ਸੇਲ ਹੋ ਰਹੀ ਹੈ। ਹਾਂਜੀ, ਇਹ ਨਾਮ ਜਸਵਿੰਦਰ ਸਿੰਘ ਹੈ ਜੀ। ਮੈਂ ਕੁਛ ਮੋਮਬੱਤੀ ਅਤੇ ਕੁਛ ਦੀਏ ਲੈਣਾ ਹੋਇਆ ਜੀ। ਆਪਣਾ ਆਪਣੇ ਪ੍ਰਧਾਨ ਮੰਤਰੀ ਵਾਸਤੇ ਜੀ, ਜੋ ਆਹਵਾਨ ਕੀਤਾ ਹੋਣਾ ਜੀ, ਆਪਾਂ ਪ੍ਰਧਾਨ ਮੰਤਰੀ ਨਾਲ ਆ ਜੀ, ਸਾਰਾ ਦੇਸ਼ ਨਾਲ ਆ ਜੀ, ਆਪਾਂ ਵੀ ਨਾਲ ਆ ਜੀ। ਗੁਰਬਾਣੀ ਖਾਨਬਾਣੀ ਵਾਸਤੇ ਜਲੰਧਰ ਤੋਂ ਨਰਿੰਦਰ ਗੁਪਤਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬਣਾ ਦੋ।